सिख अमृत वेले नितनेम तो बाद रह रास वेले कोई अरदास करता दाता मेरा मुझ में कछ नहीं जो कुछ है तेरा ऐवें झूठ बोलदे असीं आखो सतनाम वाहिगुरु कोठी दे अगे अपना नाम वड्डा सारा करके लिखया है उपर छोटा जिहा एक ओंकार कदे कदे लिख दिंदा आखो सतनाम वाहिगुरु एक ओंकार तां बहुता नजर नहीं आउंदा पर इहदा नां कोठी दे अगे जिहड़ा लिखिया होया है ना ਉਹ ਫੱਟਾ ਨਜ਼ਰ ਆਉਂਦਾ ਇਹ ਕਰਦਾ ਕੀ ਆ ਜ਼ਮੀਨ ਤੇ ਆਪਣਾ ਨਾਂ ਜਾਇਦਾਦ ਤੇ ਆਪਣਾ ਨਾਂ ਟਰੱਕ ਤੇ ਆਪਣਾ ਨਾਂ ਉਪਰੋਂ ਉਹ ਕਹਿੰਦਾ ਮੇਰੀ ਇੱਥੇ ਕੋਈ ਚੀਜ਼ ਨਾ ਆਖੋ ਸਦਨਾ ਵਾਹਿਗੁਰੂ ਅੰਦਰੋਂ ਝੂਠੇ ਪੈਜ ਬਾਹਰ ਦੁਨੀਆਂ ਅੰਦਰ ਫੈਲ ਇਹ ਕੀ ਕਰਦਾ ਜਦੋਂ ਦਾ ਜੰਮਿਆ ਇਸਨੂੰ ਇੱਕ ਇੱਛਾ ਰਹੀ ਇਸ ਦਾ ਨਾਂ ਦੁਨੀਆਂ ਵਿੱਚ ਹੋ ਜਾਏ ਫਿਰ ਸੁਣਨਾ ਇਸ ਦੀ ਇੱਛਾ ਹੀ ਰਹੀ ਕਿ ਦੁਨੀਆਂ 'ਚ ਮੇਰਾ ਨਾਂ ਚਮਕ ਜਾਏ ਜੇ ਉੱਥੇ ਨਹੀਂ ਤਾਂ ਆਪਣੇ ਦੇਸ਼ ਵਿੱਚ ਹੀ ਚਮਕ ਜਾਏ ਨਾ ਜੇ ਉੱਥੇ ਨਹੀਂ ਤਾਂ ਇਲਾਕੇ ਵਿੱਚ ਹੀ ਆਪਣੇ ਡਿਸਟ੍ਰਿਕਟ ਵਿੱਚ ਹੀ ਚਮਕ ਜਾਏ ਉੱਥੇ ਨਹੀਂ ਤਾਂ ਘੱਟੋ ਘੱਟ ਪਿੰਡ ਵਿੱਚ ਹੀ ਚਮਕ ਜਾਏ ਬੱਲੇ ਬੱਲੇ ਹੋ ਜਾਏ ਜੇ ਹੋਰ ਜਗ੍ਹਾ ਨਹੀਂ ਘੱਟੋ ਘੱਟ ਘਰ ਤੇ ਤਾਂ ਮੇਰੀ ਜੈ ਜੈਕਾਰ ਹੋਣੀ ਚਾਹੀਦੀ ਨਾ ਆਖੋ ਸਤਨਾਮ ਵਾਹਿਗੁਰੂ ਨਾਮ ਪਾਉਣ ਦੀ ਇੱਛਾ ਇਹਦੇ ਅੰਦਰ ਜਦੋਂ ਤੋਂ ਪੈਦਾ ਹੋਇਆ ਉਦੋਂ ਤੋਂ ਹੀ ਆ ਪਰ ਪਾਤਸ਼ਾਹ ਕਹਿੰਦੇ ਨੇ ਤੇਰੇ ਨਾਮ ਨੇ ਰਹਿਣਾ ਨਹੀਂ ਤੂੰ ਸਤਨਾਮ ਨਾ ਪਾ ਲੈ ਆਖੋ ਸਤਨਾਮ ਵਾਹਿਗੁਰੂ ਨਾਮ ਪਾਉਣ ਦੀ ਇੱਛਾ ਹੈ ਨਾ ਮਾਲਕ ਕਹਿੰਦੇ ਤੂੰ ਸਤਨਾਮ ਨੂੰ ਪਾ ਲੈ ਦੇਖ ਤਾਂ ਸਹੀ ਦੁਨੀਆਂ ਤੁਸੀਂ ਹੈਰਾਨ ਨਹੀਂ ਹੋਵੋਗੇ ਇੱਕ ਪਟਵਾਰੀ ਹੋਣ ਗੁਰੂ ਨਾਨਕ ਸਾਹਿਬ ਦੇ ਬਾਪ ਕੋਈ ਗਜ਼ਟਿਡ ਅਫਸਰ ਨਹੀਂ ਕੋਈ ਕੁਝ ਵੀ ਨਹੀਂ ਪਟਵਾਰੀ ਨੂੰ ਤੁਸੀਂ ਕਿੰਨਾ ਕੁ ਸਤਿਕਾਰ ਦਿੰਦੇ ਹੋ ਦੁਨਿਆਵੀ ਤੌਰ 'ਤੇ ਅੱਜ ਕੱਲ੍ਹ ਤੁਹਾਨੂੰ ਪਤਾ ਹੀ ਹੈ ਪਰ ਇੱਕ ਪਟਵਾਰੀ ਦੇ ਘਰ ਜਨਮ ਲੈ ਕੇ ਅੱਜ ਸਾਰਾ ਸੰਸਾਰ ਸਲਾਮਾਂ ਕਰਦਾ ਸਾਰਾ ਸੰਸਾਰ ਝੁਕਦਾ ਹੈ ਪਾਤਸ਼ਾਹ ਕਹਿ ਬਾਬਾ ਕਬੀਰ ਕਿੰਨੇ ਕੁ ਅਮੀਰ ਸੀ ਉਹਦੀ ਕੋਲ ਟਰਾਂਸਪੋਰਟ ਚੱਲਦੀ ਸੀ ਉਹਦੀ ਕੋਲ ਇੰਡਸਟਰੀ ਚੱਲਦੀ ਸੀ ਬਾਬਾ ਰਵਿਦਾਸ ਕਿੰਨੇ ਕੁ ਅਮੀਰ ਸੀ ਬਾਬਾ ਜੀ ਕਹਿੰਦੇ ਦਰਦ ਦੇਖ ਜੱਗ ਹੱਸੇ ਸਾਡੀ ਗਰੀਬੀ ਵੱਲ ਦੇਖ ਕੇ ਸੰਸਾਰ ਮਜ਼ਾਕ ਕਰਦਾ ਐਸੀ ਦਸ਼ਾ ਹਮਾਰੀ ਪਰ ਅੱਜ ਜਦੋਂ ਸਿੱਖ ਦਰਸ਼ਨ ਕਰਨ ਆਉਂਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਰਿਆਂ ਨੂੰ ਨਤਮਸਤਕ ਹੁੰਦਾ ਜਦੋਂ ਕਿਤੇ ਬਾਬਾ ਰਵਿਦਾਸ ਜੀ ਦਾ ਕਬੀਰ ਸਾਹਿਬ ਜੀ ਦਾ ਹੁਕਮਨਾਮ ਆ ਜਾਏ ਤੁਸੀਂ ਕਹਿੰਦੇ ਹੋ ਛੋਟੀ ਬਰਾਦਰੀ ਦਾ ਅਸੀਂ ਇਹਨੂੰ ਸੁਣਨਾ ਨਹੀਂ ਆਖੋ ਸਤਿਨਾਮ ਤੁਸੀਂ ਇੱਕੋ ਹੀ ਗੱਲ ਕਹਿੰਦੇ ਹੋ ਗੁਰੂ ਮਹਾਰਾਜ ਦਾ ਹੁਕਮਨਾਮਾ ਆਇਆ ਗੁਰੂ ਮਹਾਰਾਜ ਦਾ ਹੁਕਮਨਾਮਾ ਇਹ ਨਹੀਂ ਕਹਿੰਦੇ ਭਗਤ ਦਾ ਹੁਕਮਨਾਮਾ ਆਇਆ ਕਿਉਂਕਿ ਗੁਰੂ ਸਿੱਖ ਸਿੱਖ ਗੁਰੂ ਹੈ ਇੱਕ ਵਾਰੀ ਕਹਿ ਦਿਓ ਸਤਨਾਮ ਵਾਹਿਗੁਰੂ ਜਾਂ ਮੈਂ ਭੇਦ ਨਾ ਪਾਈ ਉਹਦੇ 'ਚ ਕੋਈ ਭੇਦ ਨਹੀਂ